सलावात पढ़ो जी। मैं पढ़ लूँगा। अच्छा सर नहीं पढ़ा। मैं बाबा के बल में सलावात पढ़ो। अथवा पढ़ के सीधा खुदावंद आलम सैयद नसीम शाह साहब सैयद सलीम शाह साहब की सफर मातम बिछाई जनाब का टुर साड़ी पढ़ाई ज़ारा दलाल मंजूर ते मकबूल फरमाए। टाइम बहुत मुख्तसर है, 10 मिनट मैं हुक्म दिता गया। 5 मिनट मैं कसीदा पढ़ना, 5 मिनट मैं मसाहब एक बंद या दो बंद मैं शहजादे दे शबीर बरामद कर सकूं। इजाजत है पढ़ाई शुरू करो? नहीं, सारे बोलो उच्च आवाज में सलावात करो। नारे तकबीर जी में मजमा आवाज नहीं आई। नारे तकबीर जियो। नारे रसालत, नारे रसालत, नारे हैदरी बाबा बलन, नारा हैदरी जिमें सोना नारा मारे ने सोनी सलवार करो। हाँ, बारहवीं सरकार के नाम से उच्च आवाज न सलवार करो। मजलिस की मकबूलियत वास्ते बाबा का बलन सलवार करो। सब हज़रात मिलके अपनी आकबत वास्ते सलवार करो। أعوذ بالله من الشيطان اللعين الرجيم بسم الله الرحمن الرحيم صلوا قلوا بسم الله توجه ہے بسم الله पढ़ के जाकर मुमना करता जान मला एलिए
پڑھے بسم اللہ ربے کو نین کے رضا کو ولی کہتے ہیں ربے کو نین کے رضا کو ولی کہتے ہیں دین اسلام کہتے ہیں تو کہتا ہے کہ علی جز میں عبادت ہی نہیں ہم تو رسولوں کی نمازوں کو علی کہتے ہیں میں طیبہ پیمانہ انوار جلی ڈھونڈ رہا ہوں جن کو مولا نے زبان عطا کی پیمانہ انوار جلی قسمت کی لکیروں میں ولی ڈھونڈ رہا ہوں اس لیے جھک کے سجدوں میں علی ڈھونڈ تمام طیبہ نعرہ حیدری مولا علی تمام طیبہ تند جان مولا علی زینت نماز دی اذان مولا علی تمام طیبہ تند جان مولا علی ایک شیر دا وعدہ کیتا ہے بڑا ایسے علی ناراض ہاتھ کر کھڑا کر کے نارا حیدری ہاں جی علی ولی اللہ تا کنی کت رہن دائے بڑی مہربانی علی ولی اللہ تا کنی کت رہن دائے علی ولی اللہ تا کنی کت رہن دائے دس کے بس پڑھتا پینا ساڈے سامنے روز جی پیا پڑھتا ساڈے سامنے روز کریں دی ہاں تعریف عباس بسم اللہ عباس دی تیغ تو ڈر دیئے کل کوفے دی آباد جاگے نالے حسین مال اکبری شہزاد گوزو کر رہے ہوا دا جھولا ہے شہزاد فرماندن ہوا رک جا بسم اللہ رک جا ساڈی ماں نو ون کے پیغام دے کیڑا پیغام رو کے دن ساڈے سامنے روز کریں دیا ہوئے تعریف عباس بھرا دی شہزادے عباس دی تیغ تو ڈر دیئے کل کوفے دی جی
ਹੱਸਦੀ ਤੇ ਤੂੰ ਡਰਦੀ ਏ ਕੁੱਲ ਗੁਫੇ ਦੀ ਇਮਦਾਦੀ ਰੋ ਰੋ ਕੇ ਆਦਨ ਮਾ ਕਾਈ ਉੱਚ ਝਿਕ ਔਲਾਦ ਤਿਉਵੇਂ ਦਿਲ ਬੁਝਵੈਂ ਦੇ ਪਿਓ ਸ਼ਹਿਜ਼ਾਦਿਆਂ ਵਜ਼ੂ ਕੀਤਾ ਇਹ ਕਮੀਨਾ ਦੇ ਜਲਦੀ ਕਰੋ ਚੋਲੇ ਲਾ ਜਿਓ ਕਿ ਪਸੰਦ ਚੋਲਿਆਂ ਦਾ ਨਾਮ ਆਇਆ ਵੱਡੇ ਸ਼ਹਿਜ਼ਾਦੇ ਨੇ ਚੋਲਾ ਲਾਇਆ ਛੋਟਾ ਚੋਲ ਨਹੀਂ ਲੈਂਦਾ ਇਸਨੇ ਪਿਆਰ ਕਰਨਾ ਸ਼ੁਰੂ ਹੁਣ ਛਬੀਆਂ ਵਾਸਤੇ ਹੁਣ ਮੇਰੇ ਲਿਖਿਆ ਪਿਆਰ ਕਰਨਾ ਸ਼ੁਰੂ ਕੀਤਾ ਵੱਡੇ ਭਰਾ ਦੀ ਆਵਾਜ਼ ਆਉਂਦੀ ਜੇ ਇਹ ਆ ਦਈ ਤੇ ਲਾਚਾ ਚੋਲ ਥੱਕੇ ਪਏ ਹੋ ਸ਼ਹਿਜ਼ਾਦਾ ਰੋ ਕਹਿੰਦੇ ਪੜੀ ਨਾ ਲੀਲਾ ਲਾਚਾ ਚੋਲਾ ਹਾਏ ਹਾਏ ਰਾ ਦੇਖ ਨਹੀਂ ਸਜਣਾ ਦਾ ਅਸਾਂ ਮਾਂ ਕੋ ਜਿੰਦਾ ਨਹੀਂ ਮਿਲ ਸਕਦੇ ਨੀਵੀ ਮਾਮਾ ਮਦਦ ਕੋ ਕਮੀਨਾ ਦਾ ਇਨਾਮ ਦਾ ਲਾਲਚ ਸ਼ਹਿਜ਼ਾਦੇ ਸਾਡੀਆਂ ਜ਼ੁਲਫਾਂ ਬਾਜ਼ਾਰ ਦੇ ਵਿੱਚ ਸਾਡੇ ਮੰਮੇ ਬੜੇ ਵਸਦੇ ਨੀ ਕੈਨਾਤ ਦੇ ਸੁਲਤਾਨ ਨੀ ਜੋ ਮੰਗਸੜੇ ਸਨੀ ਜ਼ਾਲਮਾ ਦਾ ਨਾ ਮੰਦਾ ਛੋਟੇ ਦੀ ਆਵਾਜ਼ ਆਉਂਦੀ ਏ ਮੈਥੋਂ ਗੱਡ ਨਹੀਂ ਖੁੱਲਦੀ ਏ ਛਿਣਕਾੜੇ ਦੇ ਮੇਰਾ ਦਿਲ ਡਾਡਾ ਘਬਰਾਉਂਦਾ ਮੈਂ ਕੁੜਾ ਸਵੀਰ ਮੈਂ ਜਾਣਦਾ ਨਹੀਂ ਏ ਕਿਵੇਂ ਚੋਲਾ ਚੋਲਾ ਨਾਜ਼ਰ ਉਮਰ ਸਾਹਿਬ ਵੱਡੇ ਤਵਾਰ ਹੋਏ ਲਾਸ਼ ਦੀ ਅਰਜ਼ ਸ਼ੁਰੂ ਕੀਤੀ ਛੋਟਾ ਤੇ ਰੁਕ ਜਾ ਮੈਂ ਵੀ ਆਉਂਦਾ ਪਿਆ ਬਿਸਮਿਲਾ ਛੋਟੇ ਤਵਾਰ ਹੋਏ ਲਾਸ਼ ਦਰਿਆ ਦੀ ਸਪੁਰਦੀ ਦੋਏ ਭਰਾ ਗਲੋਨੜੀ ਪਾ ਕੇ ਪਾਣੀ ਲੰਮੇ ਦੇ ਪਾਸੇ ਲੁੜਦੇ ਮੈਂ ਤੁਹਾਡੇ ਕੋਲ ਪੁੱਛਦਾ ਲਾਸ਼ਾਂ ਉਭੇ ਦੇ ਪਾਸੇ ਕਿਉਂ ਲੁੜੀਆਂ ਉਹ ਪਾਸੇ ਤੁਹਾਡੀ ਸਹਿਣ ਦਾ ਰੂਹ ਆ ਰਿਹਾ ਲਾਹੌਰ ਦੀ ਮਲਕਾ ਮਿਹਰਬਾਨੀ ਕਰੀ ਸੀ ਮੇਰੇ ਵੇਖੀ ਉਹ ਪਾਸੋਂ ਤੁਹਾਡੀ ਸਹਿਣ ਦਾ ਰੂਹ ਆ ਰਿਹਾ ਆਵਾਜ਼ਾਂ ਦਾ ਪਰਦਾ ਪਰਦਾ ਇੱਕ ਜ਼ਿਮੀਦਾਰ ਹੈ ਜਿਸ ਖੇਤਾਂ ਨੂੰ ਪਾਣੀ ਲਾਇਆ ਹੋਏ ਆਵਾਜ਼ ਜਲਦੀ ਕਰ ਉਹ ਮੇਰੀ ਜੋੜੀ ਲੁੜੀ ਬੰਦੀ ਆਈ ਆਦੇ ਕੌਣ ਉਹ ਮੇਰੀ ਸੈਣ ਦੀ ਆਵਾਜ਼ ਆਉਂਦੀ ਮੈਂ ਹਸਨੈਣ ਦੀਆਂ ਬੜੀਆਂ ਉਹ ਡੇਕ ਮੇਰੀ ਜੋੜੀ ਲੁੜੀ ਬੰਦੀ ਜਲਦੀ ਦੇ ਨਾਲ ਮੇਰੀ ਜੋੜੀ ਪਕੜਦੇ ਦਰਿਆ ਚ ਮਾਰੀ ਛਲਾਂਗ ਲਾਸ਼ਾਂ ਦੇ ਕਰੀਬ ਪੈਂਦਾ ਲਾਸ਼ਾਂ ਪਰ ਪਰ ਹਟਦੀਆਂ ਰੋ ਕੇ ਆਦੇ ਸੈਣ ਲਾਸ਼ਾਂ ਕਰੀਬ ਨਹੀਂ ਆਉਂਦੀਆਂ ਮੇਰੀ ਸੈਣ ਦੀ ਆਵਾਜ਼ ਆਈ ਤੈਨੂੰ ਨਹੀਂ ਪਤਾ ਮੇਰੇ ਬੱਚੇ ਉਮਤ ਡਰੇ ਹੋਏ
ਬੀਬੀ ਮੈਂ ਕਿਆ ਆਖ, ਮੇਰੀ ਸਹਿਣ ਦੀ ਆਵਾਜ਼ ਨਹੀਂ, ਮੇਰੇ ਬੱਚੜੇ ਨੂੰ ਆਖ ਅੰਮਾ ਆ ਗਈ ਨੀ, ਅੰਮਾ ਦਾ ਨਾਂ ਹੈ। ਦੁਬਾਰਾ ਛਲਾਂਗ ਮਾਰੀ, ਲਾਸ਼ ਦੇ ਕਰੀਬ ਗਏ, ਰੋਕਿਆ ਦੇ ਸ਼ਹਿਜ਼ਾਦਿਆਂ ਰੁਕ ਜਾਓ, ਮੈਂ ਵੀ ਮੂਮਨ ਓ ਦੇਖੋ ਮਾਂ ਕਦੀ ਤਰੋਂ ਦੀ ਵਧੀ ਨੇ, ਗਾਦੀ ਦੀ ਕਸਮ ਮੈਂ ਕੁਝ ਨਾ ਆਦਾ, ਮੋਮਨ ਦਾ ਨਾਮ ਆਇਆ, ਰੋ ਕਿਆ ਦਿਨ ਕਿਆ ਕੇ ਆਦਾ ਮੈਂ ਮੋਮਨਾ। ਉਹ ਦੇਖੋ ਮਾਂ ਕਦੀ ਤਰੋਂ ਦੇ ਮੇਰੀ ਸਹਿਣ ਦੀ ਆਵਾਜ਼ ਆਉਂਦੀ, ਬਛੜਿਆਂ ਰੁਕ ਜਾਓ, ਰੋ ਕਿਆ ਦਿਨ ਮਾਂ ਹੁਣ ਕਿਉਂ ਆਈ ਹੈ, ਉਵੇਂ ਲਈ ਜਾਵੇ ਅਸੀਂ ਮਰ ਗਏ ਹਾਂ, ਮੇਰੀ ਸਹਿਣ ਦੀ ਆਵਾਜ਼ ਆਉਂਦੀ ਹੈ, ਮੈਂ ਕਿੱਥੇ ਕਿੱਥੇ ਰੋਵਾਂ, ਮੈਂ ਡਸ਼ਾਂ ਨੂੰ ਬਛੜੇ ਬੀਬੀ ਯਾਦਨ ਮੈਂ ਕਿੱਥੇ ਕਿੱਥੇ ਰੋਵਾਂ, ਮੈਂ ਚੰਨ ਬਚੜੇ ਹੁਣ ਮਾਂ ਤੂੰ ਕਬਾਰ ਛੁਡਾਈ ਨੇ, ਬੇਚੈਨ ਕੀਤਾ ਨੇ ਰੋ ਮੈਂਡਾ ਮੈਂ ਖੂ ਬਹੁਤ ਤਕਲੀਫ ਹੈ। ਛਬੀ ਲੈ ਆਓ, ਛਬੀ ਲੈ ਆਓ ਮੇਰੇ ਸਰਦਾਰਾਂ ਦੀ ਛਬੀ, ਛਬੀ ਲੈ ਆਓ। ਦਰਿਆ ਥੋੜੇ ਦੀ ਰਹੀਆਂ ਜਿਵੇਂ ਬਛੜਾਈ ਦੇ, ਹਰ ਕੋਈ ਮਦਦ ਕਰਦਾ ਨਹੀਂ ਹੈ, ਮੇਰੀ ਜੋੜੀ ਤੂਫਾਨ ਦੇ ਮਾਰ ਤੇ ਤਪਸੀ ਕੁਸਦੀ ਰਹੀ ਹੈ, ਆਵਾਜ਼ਾਂ ਦੀ ਹੈ ਬਛੜਾ ਕੀਤਾ ਨੇ ਰੋ ਮੈਂਡਾ ਮੈਂ ਖੂ ਬਹੁਤ ਤਕਲੀਫ ਹੈ। ਲਾਇਓ ਸਰਦਾਰਾਂ ਦੀ ਛਬੀ, ਲਾਇਓ ਸਰਦਾਰਾਂ ਦੀ ਛਬੀ, ਲਾਹੌਰ ਵਾਲੀ ਮਲਕਾ ਤੁਹਾਡੇ ਬੱਚਿਆਂ ਦੇ ਵੱਡੇ ਅਰਮਾਨ। ਓ ਮੈਨੀ ਸਹਿ ਮੈਂ ਬੀਬੀਆਂ ਦੀ ਮੈਂ ਕਿੱਥੋਂ ਕਿੱਥੋਂ ਰੋਵਾਂ, ਮੈਂਡਾ ਚੰਨ ਬਚੜੇ ਪਰ ਛੁਡਾਈ ਨੇ, ਬੇਚੈਨ ਕੀਤਾ ਨੇ ਰੋ ਮੈਂਡਾ ਮੈਂ ਖੂ ਬਹੁਤ ਤਕਲੀਫ ਹੈ, ਬਚਾਈ ਨੇ ਮੈਂ ਮਨ ਦਰਿਆ ਤੋਂ ਦੀ ਰਹੀਆਂ ਜਿਵੇਂ ਬਛੜਾ, ਹਰ ਕੋਈ ਮਨੇ ਦਰਿਆ ਬਛੜਾ ਮੰਡੇ ਚੁੱਪ ਕਰਕੇ ਗੁਸਦੇ ਰਹੇ।